ਮੈਂ ਛੋਟੇ ਹੁੰਦੇ ਤੋਂ ਜਾਨਵਰਾਂ ਦੇ ਵਿੱਚ ਵਾਧੂ ਸ਼ੌਕੀਨ ਰਿਹਾ। ਮੇਰੇ ਫਾਦਰ ਸਾਹਿਬ ਵੀ ਜਿਹੜੇ ਸੀਗੇ, ਉਹ ਜਦੋਂ ਮੈਂ ਛੋਟਾ ਹੁੰਦਾ ਹਾਂ, ਘਰੇ ਕੋਈ ਨਾ ਕੋਈ ਜਾਨਵਰ ਲੈ ਕੇ ਆ ਜਾਂਦੇ ਸੀਗੇ। ਪੇਗੋਂ ਵੀ ਕਾਫੀ ਕੁਝ ਰੱਖਿਆ ਸੀ, ਬਤਕਾਂ, ਮੁਰਗੇ, ਖਰਗੋਸ਼, ਚਿੱਟੇ ਚੂਹੇ, ਚਕੋਰਾਂ ਤੇ ਹੋਰ ਵੀ ਕਾਫੀ ਕੁਝ ਸੀਗਾ। ਘੋੜਾ ਵੀ ਰੱਖਿਆ ਸੀ ਇੱਕ। ਪੇਗੋਂ ਮੈਂ ਘੋੜਾ ਹੁੰਦਾ ਸੀ, ਮੈਂ ਟਿਊਸ਼ਨ ਪੜ੍ਹਨ ਜਾਂਦਾ ਹਾਂ ਨਾ, ਤੇ ਮੈਂ ਟਿਊਸ਼ਨ ਵੀ ਘੋੜੇ ਤੇ ਜਾਂਦਾ ਹੁੰਦਾ ਹਾਂ, ਬਹਿ ਕੇ ਸਾਰਾ ਮਤਲਬ ਵੇਚਦਾ ਵੀ ਟਿਊਸ਼ਨ ਜਾਂਦਾ ਘੋੜੇ ਤੇ। ਘਰੇ ਤਾਂ ਜੀ ਐਵੇਂ ਖੁੱਲਾ ਰਹਿੰਦਾ, ਇਹਨੂੰ ਬੰਨ ਕੇ ਘੱਟ ਹੀ ਰੱਖੀਦਾ ਘਰੇ, ਫੜੀਦਾ ਘੱਟ, ਐਵੇਂ ਜਿਵੇਂ ਹੁਣ ਬੈਠਾ ਆ ਭੱਜਾ ਫਿਰਦਾ ਰਹਿੰਦਾ। ਤੇ ਜਦੋਂ ਬਾਹਰ ਜਾਈਦਾ ਆ ਤੇ ਇਹਨੂੰ ਲਿਆ ਕੇ ਜਾਈਦਾ, ਜਦੋਂ ਬੁੱਟ ਤੇ ਪਾ ਕੇ ਨਾ, ਉਦੋਂ ਆਸੇ ਪਾਸੇ ਵਾਹਵਾ ਲੋਕੀ ਵੇਚਦੇ ਆ, ਖਿਲਾਰ ਖਿਲਾਰ ਕਹਿੰਦੇ ਭਾਜੀ ਫੋਟੋ ਖਿੱਚਣੀ ਆ। ਕਈ ਨੇ ਡਰਦੇ ਹੀ ਬੜਾ ਨੇ, ਕੋਈ ਕਿਸੇ ਨੂੰ ਹੱਥ ਹੀ ਨਹੀਂ ਲਾਉਂਦਾ। ਕੋਈ ਚੀਜ਼ ਅੱਗ ਮੰਨ ਲਓ, ਮੈਨੂੰ ਫੋਨ ਆਉਂਦਾ ਆ ਵੀ ਆਇਆ ਯਾਰ ਕਬੂਤਰ ਦੇ ਨਾ ਸੱਟ ਲੱਗੀ, ਆਇਆ ਫੜ ਲਾ। ਉਹ ਕਬੂਤਰ ਚੁੱਕਦੇ ਨੀ, ਜਿੱਥੇ ਡਿੱਗਾ ਹੁੰਦਾ ਉੱਥੇ ਡਿੱਗਾ ਹੁੰਦਾ ਆ ਕੇ ਚੁੱਕ ਲਾ। ਉਹ ਚੀਜ਼ ਮੈਂ ਵੇਖ ਕੇ ਦੁੱਖ ਲੱਗਦਾ ਵੀ ਯਾਰ, ਜੇ ਅਕਸਰ ਕੋਈ ਡਿੱਗਾ ਇਹਨੂੰ ਚੁੱਕ ਕੇ ਤੁਸੀਂ ਰੱਖੋ ਤੇ ਸਹੀ, ਕਿਤੇ ਆਪਣਾ ਡੱਬੇ ਵਗੈਰਾ ਚ ਪਾਓ, ਪਾਣੀ ਪੂਣੀ ਤੇ ਪਿਓ। ਸ਼ਹਿਰ ਦੇ ਵਿੱਚ ਖੜੇ ਹਾਂ ਤਾਂ ਗੱਲ ਕਰਾਂਗੇ ਨੌਜਵਾਨਾਂ ਦੀ। ਨੌਜਵਾਨਾਂ ਨੇ ਵੱਖਰੇ ਵੱਖਰੇ ਸ਼ੌਂਕ ਪਾਲਿਆ, ਜਿਵੇਂ ਮੋਟਰਸਾਈਕਲ ਤੇ ਗੇੜੀਆਂ ਲਾਉਂਦੇ ਨੇ, ਬੁਲਟ ਮੋਟਰਸਾਈਕਲਾਂ ਤੇ ਪਟਾਕੇ ਪਾਉਂਦੇ ਨੇ, ਤਾਂ ਕਈ ਹੁੱਲੜਬਾਜ਼ੀ ਕਰਦੇ ਨੇ, ਕਈ ਮੇਲਿਆਂ 'ਚ, ਕਈ ਗੁਰਦੁਆਰੇ ਸਾਹਿਬ ਜਾ ਕੇ ਵੱਖਰੇ ਵੱਖਰੇ ਸ਼ੌਂਕ ਜਿਹੜੇ ਨੌਜਵਾਨਾਂ ਨੇ ਪਾਲੇ ਨੇ। ਪਰ ਇਸ ਨੌਜਵਾਨ ਨੇ ਸ਼ੌਂਕ ਵੱਖਰਾ ਹੀ ਪਾਲਿਆ, ਜਿਹੜਾ ਵਾਕਈ ਵਾਹ ਕਮਾਲ ਆ, ਜਿਹਨੇ ਬਾਜਾਂ ਵਾਲੇ ਦਾ ਬਾਜ ਸਾਂਭ ਕੇ ਰੱਖਿਆ, ਆਪਦੇ ਕੋਲ ਰੱਖਿਆ ਹੈ, ਤਾਂ ਹਰ ਅਵਾਰਾ ਕੁੱਤੇ ਜਾਂ ਜ਼ਖਮੀ ਪੰਛੀ ਦਾ ਇਲਾਜ ਕਰਦਾ ਹੈ ਤੇ ਮਨ ਨੂੰ ਸਕੂਨ ਮਿਲਦਾ ਹੈ, ਕਿਉਂਕਿ ਕਹਿੰਦੇ ਮਨੁੱਖਤਾ ਦੀ ਸੇਵਾ, ਪਰ ਜਾਨਵਰਾਂ ਦੀ ਸੇਵਾ ਜਿਹੜਾ ਕਰਦਾ ਹੈ ਉਹਦੇ ਵਾਸਤੇ ਕਮਾਲ ਹੈ, ਕਿਉਂਕਿ ਉਹ ਬੋਲ ਕੇ ਦੱਸ ਨਹੀਂ ਸਕਦੇ ਕਿ ਕੀ ਉਹਨਾਂ ਨੂੰ ਰੋਗ ਹੈ ਤੇ ਕੀ ਬਿਮਾਰੀ ਹੈ, ਪਰ ਇਹ ਨੌਜਵਾਨ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ ਤੇ ਉਹਨਾਂ ਦਾ ਇਲਾਜ ਕਰਦਾ ਹੈ। ਆਓ ਆਪਾਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਦੋਂ ਦਾ ਇਹ ਬਾਜ ਰੱਖਿਆ ਹੈ ਤੇ ਕਿਵੇਂ ਜਿਹੜਾ ਸ਼ੌਂਕ ਪਿਆ ਹੈ। ਆਓ ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਂ ਤੇ ਇਹਦਾ ਨਾਮ ਜਰੂਰ ਦੱਸਿਓ। ਮੇਰਾ ਨਾਂ ਗੁਰਨੂਰ ਸਿੰਘ ਹੈ ਜੀ। ਹਾਂਜੀ। ਤੇ ਇਹਨੂੰ ਆਪਾਂ ਬਾਜ ਸਿੰਘ ਹੀ ਕਹੀਦਾ ਘਰ ਦੇ ਵਿੱਚ। ਅੱਛਾ ਜੀ। ਹਾਂਜੀ। ਤਾਂ ਇਹ ਸ਼ੌਂਕ ਕਿਵੇਂ ਪਿਆ, ਕਿਵੇਂ ਇਸ ਪਾਸੇ ਆ ਗਏ ਇਸ ਲੈਣ ਵਾਲੇ ਸਾਹਿਬ? ਮੈਂ ਛੋਟੇ ਹੁੰਦੇ ਤੋਂ ਜਾਨਵਰਾਂ ਦੇ ਵਿੱਚ ਵਾਧੂ ਸ਼ੌਕੀਨ ਰਿਹਾ। ਮੇਰੇ ਫਾਦਰ ਸਾਹਿਬ ਵੀ ਜਿਹੜੇ ਸੀਗੇ, ਉਹ ਜਦੋਂ ਮੈਂ ਛੋਟਾ ਹੁੰਦਾ ਹਾਂ, ਘਰੇ ਕੋਈ ਨਾ ਕੋਈ ਜਾਨਵਰ ਲੈ ਕੇ ਆ ਜਾਂਦੇ ਸੀਗੇ। ਨਿੱਕੇ ਹੁੰਦੇ ਤੋਂ ਜਾਨਵਰਾਂ ਦਾ ਵਾਧੂ ਸ਼ੌਂਕ ਸੀਗਾ। ਪੇਗੋਂ ਵੀ ਕਾਫੀ ਕੁਝ ਰੱਖਿਆ ਸੀ, ਬਤਕਾਂ, ਮੁਰਗੇ, ਖਰਗੋਸ਼, ਚਿੱਟੇ ਚੂਹੇ, ਚਕੋਰਾਂ ਤੇ ਹੋਰ ਵੀ ਕਾਫੀ ਕੁਝ ਸੀਗਾ। ਘੋੜਾ ਵੀ ਰੱਖਿਆ ਸੀ ਇੱਕ। ਅੱਛਾ ਜੀ। ਤੇ ਇੱਕ ਵਾਰੀ ਮੈਂ ਨਹਿਰ ਤੇ ਵੇਖਿਆ ਸੀ ਬਾਜ, ਉਹਦੇ ਡੋਰ ਵੱਜੀ ਸੀ, ਲਮਕਦਾ ਪਿਆ ਸੀ ਦਰਖਤ ਤੋਂ, ਤੇ ਉਹਨੂੰ ਫਿਰ ਉੱਥੋਂ ਫੜਿਆ ਸੀਗਾ। ਆਪਦੇ ਚੋਂ ਮੈਂ ਕੋਈ ਚੱਲਿਆ ਨੀਗਾ ਦਰਖਤ, ਸਪੈਸ਼ਲ ਬੰਦਾ ਸੱਦਿਆ ਸੀਗਾ, ਉਹਦੇ ਕੋਲ ਆਇਆ ਸੀਗਾ ਤੇ ਉਹਨੂੰ ਫੜਿਆ ਤੇ ਇਲਾਜ ਵਗੈਰਾ ਕੀਤਾ, 2 ਦਿਨ ਰੱਖਿਆ ਬਾਜ, ਬਚ ਨਹੀਂ ਸੀ ਪਾਇਆ, ਉਹਦੀ ਡੈਥ ਹੋ ਗਈ ਸੀ। ਉਹ ਤੋਂ ਬਾਅਦ ਫਿਰ ਇੱਕ ਹੋਰ ਰੈਸਕਿਊ ਕੀਤਾ ਸੀਗਾ, ਉਹ ਠੀਕ ਹੋ ਗਿਆ, ਉਹਨੂੰ ਉਡਾ ਦਿੱਤਾ ਸੀਗਾ। ਤੇ ਉਹ ਤੋਂ ਬਾਅਦ ਫਿਰ ਮੈਂ ਸਪੈਸ਼ਲ ਕਿਸੇ ਨੂੰ ਕਿਹਾ ਕਿ ਬੱਚਾ ਮੰਗਾਇਆ ਸੀ ਬਾਜ ਦਾ, ਫਿਰ ਛੋਟੇ ਹੁੰਦੇ ਤੋਂ ਰੱਖਿਆ ਸੀ, ਅੱਜ ਪੂਰਾ 1 ਸਾਲ ਦਾ ਹੈਗਾ ਇਹ। ਹਾਂਜੀ। ਤਾਂ
ਇਹਦੀ ਖੁਰਾਕ ਕੀ ਆ, ਕੀ ਇਹ ਖਾਂਦਾ ਏ, ਕਿਵੇਂ ਇਹ ਜਿੰਦਾ ਏ, ਤੇ ਕੀ ਪਿਆਰ ਭਾਵਨਾ ਕਿਵੇਂ ਦੀ ਮਨ ਦੀ ਇਹਦੇ ਨਾਲ ਭਾਵਨਾ ਜੁੜੀ ਆ? ਇਹ ਜੀ ਇਹਦੇ ਵਾਸਤੇ ਸਪੈਸ਼ਲ ਚੂਚੇ ਵੀ ਆ ਕੇ ਰੱਖੇ ਨੇ, ਇਹਨੂੰ ਸਵੇਰੇ ਸ਼ਾਮ ਇੱਕ ਚੂਚਾ ਦੇ ਅੱਗੇ ਰੱਖੀਦਾ, ਆਪੇ ਮਾਰ ਕੇ ਆਪੇ ਖਾਂਦਾ। ਹੁਣ ਜਿਹੜਾ ਬਾਜ਼ਾਰੋਂ ਮੀਟ ਲਿਆ ਕੇ ਦਈਏ ਉਹ ਖੁਸ਼ ਹੋ ਕੇ ਨਹੀਂ ਖਾਂਦਾ, ਮੂੜ ਨੇ ਖਾਂਦਾ, ਖਾਵੇ ਨਹੀਂ ਤੇ ਪਿਆਰ ਰਹਿੰਦਾ ਖਾਂਦਾ ਨਹੀਂ ਗਾ। ਜਿਹੜੀ ਇਹ ਆਪ ਚੀਜ਼ ਮਾਰ ਕੇ ਖਾਂਦਾ ਉਹ ਜ਼ਿਆਦਾ ਖੁਸ਼ ਹੋ ਕੇ ਖਾਂਦਾ, ਫਿਰ ਉਹ ਸਵੇਰੇ ਸ਼ਾਮ ਨੂੰ ਇੱਕ ਚੂਚਾ ਦੇ ਅੱਗੇ ਰੱਖੀਦਾ, ਆਪੇ ਮਾਰ ਕੇ ਆਪੇ ਖਾਂਦਾ। ਤੇ ਹੁਣ ਨਿੱਕੇ ਹੁੰਦੇ ਤੋਂ ਰਿਹਾ ਆਪਣੀ ਆਪਣੀ ਫੈਮਿਲੀ ਦੇ ਵਿੱਚ ਹੀ ਆਏ, ਫੈਮਿਲੀ ਵਿੱਚ ਬਹਿੰਦਾ ਆ, ਸਾਰੇ ਗੱਲਬਾਤ ਆਪਸ 'ਚ ਕਰਦੇ, ਇਹਨੇ ਲਾਗੇ ਬਹਿਣਾ ਆ। ਹਾਂਜੀ, ਤਾਂ ਸਾਨੂੰ ਇਹ ਵੀ ਪਤਾ ਲੱਗਾ ਸੀ ਕਿ ਵਾਰਾ ਕੁੱਤਿਆਂ ਦੇ ਨਾਲ ਜਾਂ ਜਾਨਵਰਾਂ ਦੇ ਨਾਲ ਬਹੁਤ ਪਿਆਰ ਆ, ਜਿਹੜਾ ਕੋਈ ਜ਼ਖਮੀ ਹੋਇਆ ਹੁੰਦਾ ਆ ਆਪਣੇ ਕੋਲ ਰੱਖਦੇ ਜੇ, ਉਹਦਾ ਇਲਾਜ ਮਲਮ ਪੱਟੀ ਕਰਦੇ ਜੇ। ਵੇਖੋ ਜੀ, ਇੱਕ ਵਾਰੀ ਨਾ ਸਰਦੀਆਂ ਦਾ ਟਾਈਮ ਸੀਗਾ, ਸਾਡੀ ਗਲੀ 'ਚ ਦੋ ਕੁੱਤੀਆਂ ਸੋਈਆਂ ਸੀਗੀਆਂ, ਉਹਨਾਂ ਨੇ ਬਾਬਾ 15-16 ਬੱਚੇ ਦਿੱਤੇ ਸੀ ਕਤੂਰੇ, ਅਤੇ ਉਦੋਂ ਠੰਡ ਬਹੁਤ ਜ਼ਿਆਦਾ ਸੀ, ਬੱਚੇ ਕੰਬਦੇ ਸੀਗੇ। ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਅਤੇ ਉਹ ਆਉਂਦੇ ਵੀ ਯਾਨੀ ਕਿ ਠੰਡ ਲੱਗਦੀ ਉਹਨਾਂ ਨੂੰ। ਉੱਥੇ ਕੋਠੇ 'ਤੇ ਨਾ ਮੁਰਗੀਆਂ ਦਾ ਖੁੱਡਾ ਬਣਾਇਆ ਸੀ ਆਪਾਂ, ਉਸ ਟਾਈਮ 'ਤੇ ਕਾਫੀ ਨਿੱਘਾ, ਪਰ ਮੁਰਗੀਆਂ ਨਹੀਂ ਸੀ ਉਦੋਂ ਆਪਣੇ ਕੋਲ। ਉਹ ਫਿਰ ਸਾਰੇ ਬੱਚੇ ਚੁੱਕੇ ਆਪਾਂ ਅਤੇ ਉਹ ਕੋਠੇ 'ਤੇ ਲੈ ਗਏ, ਫਿਰ ਉਹਨਾਂ ਦੀਆਂ ਮਾਵਾਂ ਵੀ ਫੜੀਆਂ, ਮਾਵਾਂ ਵੀ ਕੋਠੇ 'ਤੇ ਲੈ ਗਏ ਉਹਨਾਂ ਦੀਆਂ ਜਿਹੜੀਆਂ ਦੋ ਕੁੱਤੀਆਂ ਸੀ, ਉਹਨਾਂ ਨੂੰ ਕੋਠੇ 'ਤੇ ਰੋਟੀ ਪਾਣੀ ਆਪਾਂ ਖਵਾਉਣੀਆਂ। ਜਿਹੜੀਆਂ ਉਹਨਾਂ ਦੀ ਮਾਵਾਂ ਸੀ ਉਹ ਗਿੱਝ ਗਈਆਂ ਸੀ, ਆਪੇ ਉਹ ਕੋਠੇ 'ਚ ਜਾਣਾ, ਆਪੇ ਉਹਨਾਂ ਥੱਲੇ ਚੜ ਜਾਣਾ, ਜਿਹੜੇ ਬੱਚੇ ਸੀ ਉਹ ਉੱਤੇ ਰਹਿੰਦੇ ਸੀਗੇ। ਉਹ ਮਾਵਾਂ ਨੇ ਆਉਣਾ, ਆਪਾਂ ਉਹਨਾਂ ਨੂੰ ਦੁੱਧ ਦੁੱਧ ਪਿਆਉਣਾ, ਰੋਟੀ ਪਾਉਣੀ, ਅਤੇ ਉਹਨਾਂ ਨੇ ਆਪਣਾ ਦੁੱਧ ਪਿਆਉਣਾ ਬੱਚਿਆਂ ਨੂੰ ਉੱਥੇ ਹੀ ਖੁੱਡੇ 'ਚ ਬਹਿ ਗਏ। ਜੇ ਉਹ ਥੋੜ੍ਹੇ ਬੱਚੇ ਵੱਡੇ ਹੋਏ ਫਿਰ ਉਹ ਹੌਲੀ ਹੌਲੀ ਕਰਕੇ ਛੱਡੇ। ਹਾਂਜੀ, ਇਹ ਸ਼ੌਂਕ ਜਿਹੜਾ ਕਿਵੇਂ ਪਿਆ, ਕਿਹਦੇ ਵੱਲ ਵੇਖ ਕੇ ਪਿਆ, ਜਾਂ ਕਿੰਨੇ ਘਰ ਦੇ ਵਿੱਚ ਪਹਿਲਾਂ ਵੀ ਕਿਸੇ ਨੇ ਜਾਨਵਰ ਰੱਖੇ ਸੀ, ਕਿਵੇਂ ਸ਼ੌਂਕ ਪਿਆ? ਪਹਿਲਾਂ ਤੁਹਾਨੂੰ ਦੱਸਿਆ ਮੇਰੇ ਫਾਦਰ ਸਾਹਿਬ ਨੇ ਕਾਫੀ ਜਾਨਵਰ ਰੱਖੇ ਹੋਏ ਸੀ ਘਰੇ। ਅੱਛਾ ਜੀ। ਪਹਿਲਾਂ ਮੈਂ ਘੋੜਾ ਹੁੰਦਾ ਸੀ, ਮੈਂ ਟਿਊਸ਼ਨ ਪੜ੍ਹਨ ਜਾਂਦਾ ਹਾਂ ਨਾ, ਤੇ ਮੈਂ ਟਿਊਸ਼ਨ ਵੀ ਘੋੜੇ 'ਤੇ ਜਾਂਦਾ ਹੁੰਦਾ, ਬਹਿ ਕੇ ਸਾਰਾ ਮਹੱਲਾ ਵੇਚਦਾ ਵੀ ਟਿਊਸ਼ਨ ਜਾਂਦਾ ਘੋੜੇ 'ਤੇ। ਤੇ ਸਕੂਲ ਦੇ ਵੀ ਮੇਰੇ ਨਾ, ਚਲੋ ਪਹਿਲਾਂ ਤਾਂ ਮੈਂ ਕਿਤੇ ਹੋਰ ਪੜ੍ਹਦਾ ਹਾਂ, ਹੁਣ 9ਵੀਂ 10ਵੀਂ ਦੇ ਵਿੱਚ ਮੈਂ ਆਇਆ ਦੂਜੇ ਸਕੂਲ ਦੇ। ਜਦੋਂ ਤਾਂ ਮੈਂ ਸਕੂਲ ਆਇਆ, ਸਕੂਲ ਦੇ ਕੋਈ ਨਾ ਕੋਈ ਕਾਂਡ ਹੋਣੀ ਲੱਗ ਪਿਆ ਪੰਛੀਆਂ ਦਾ, ਕਦੀ ਕਿਸੇ ਕਬੂਤਰ ਨੇ ਆ ਗਿਆ ਵੱਜ ਜਾਣਾ ਪੱਖੇ 'ਚ, ਕਦੀ ਕਿਸੇ ਚੀਜ਼ ਨੇ ਆ ਜਾਣਾ ਸਕੂਲ ਦੇ, ਫਿਰ ਮੈਂ ਫੜ ਕੇ ਉਹਨਾਂ ਨੂੰ ਘਰੇ ਲੈ ਜਾਂਦਾ ਹੁੰਦਾ। ਹਾਂਜੀ, ਤਾਂ ਇਹ ਹੁਣ ਵੀ ਇਹਨੂੰ ਜਦੋਂ ਬਾਜ਼ਾਰ ਦੇ ਵਿੱਚ ਲੈ ਕੇ ਜਾਂਦੇ ਹੋ ਕਿਤੇ ਨਾਲ, ਤਾਂ ਫਿਰ ਕਿਵੇਂ ਦਾ ਲੋਕਾਂ ਵੱਲੋਂ ਰਿਸਪੌਂਸ ਮਿਲਦਾ ਹੈ, ਪਿਆਰ ਮਿਲਦਾ ਹੈ, ਕੋਈ ਵੀਡੀਓ ਬਣਾਉਂਦਾ ਹੈ, ਕੋਈ ਫੋਟੋਆਂ ਖਿਚਾਉਂਦਾ ਹੈ, ਕੀ ਕਹਿੰਦੇ ਨੇ ਨੌਜਵਾਨ? ਘਰੇ ਤਾਂ ਜੀ ਐਵੇਂ ਖੁੱਲ੍ਹਾ ਰਹਿੰਦਾ, ਇਹਨੂੰ ਬੰਨ ਕੇ ਘੱਟ ਹੀ ਰੱਖੀਦਾ ਘਰੇ, ਫੜੀਦਾ ਘੱਟ, ਐਵੇਂ ਜਿਵੇਂ ਹੁਣ ਬੈਠਾ ਆ ਭੱਜਾ ਫਿਰਦਾ ਰਹਿੰਦਾ, ਤੇ ਜਦੋਂ ਬਾਹਰ ਜਾਈਦਾ ਆ ਤੇ ਇਹਨੂੰ ਲਿਆ ਕੇ ਜਾਈਦਾ, ਜਦੋਂ ਬੁੱਟ ਤੇ ਪਾ ਕੇ ਨਾ, ਉਦੋਂ ਆਸੇ ਪਾਸੇ ਵਾਹਵਾ ਲੋਕੀ ਵੇਚਦੇ ਆ, ਖਿਲਾਰ ਖਿਲਾਰ ਕਹਿੰਦੇ ਭਾਜੀ ਫੋਟੋ ਖਿੱਚਣੀ ਆ। ਫਿਰ ਲੋਕਾਂ ਵੱਲੋਂ ਇਹ ਵੀ ਨੀ ਕਿਹਾ ਜਾਂਦਾ ਯਾਰ ਅਸੀਂ ਵੀ ਰੱਖਣਾ, ਕਿੱਥੋਂ ਮਿਲਦਾ ਹੈ, ਕਿਵੇਂ ਮਿਲਦਾ ਹੈ, ਕਿ ਕੀ ਇਹ ਖਾਂਦਾ, ਇਹ ਵੀ ਉਹਦੇ ਪੁੱਛ ਦੇਣੇ ਆ। ਹਾਂਜੀ ਹਾਂਜੀ, ਪੁੱਛਦੇ ਆ, ਉਹਨਾਂ ਨੂੰ ਦੱਸੀਦਾ ਵੀ ਸਪੈਸ਼ਲ ਕਿਸੇ ਨੂੰ ਕਹਿ ਕੇ ਬੱਚਾ ਮੰਗਾਇਆ ਸੀਗਾ ਆਪਾਂ, ਖੁਰਾਕ ਵੀ ਉਹਨਾਂ ਨੂੰ ਦੱਸੀਦੀ ਵੀ ਜਿੰਦੀ ਚੀਜ਼ ਖਾਂਦਾ ਆ। ਹਾਂਜੀ, ਤਾਂ ਕੁਝ ਨੌਜਵਾਨ ਜਿਹੜੇ ਹੁੱਲੜਬਾਜ਼ੀ ਕਰਦੇ ਨੇ ਬੁਲਟਾਂ ਮੋਟਰਸਾਈਕਲਾਂ ਦੇ, ਵੱਖਰੇ ਵੱਖਰੇ ਸ਼ੌਂਕ ਪਾਲੇ ਨੇ, ਉਹਨਾਂ ਨੂੰ ਕੀ ਪਿਆਰ, ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਪਿਆਰ ਨਾਲ ਉਹਨਾਂ ਨੂੰ? ਉਹਨਾਂ ਨੂੰ ਇਹ ਸੰਦੇਸ਼ ਆ ਵੀ ਹੁੱਲੜਬਾਜ਼ੀ ਘੱਟ ਕਰੋ, ਇਹਨਾਂ ਚੀਜ਼ਾਂ ਵੀ ਥੋੜ੍ਹਾ ਬਹੁਤਾ ਧਿਆਨ ਕਰੋ, ਜੇ ਤੁਹਾਨੂੰ ਰਾਹ ਵਿੱਚ ਕੋਈ ਚੀਜ਼ ਮਿਲਦੀ ਵੀ ਆ ਜ਼ਖਮੀ ਵਗੈਰਾ ਤੇ ਉਹਨੂੰ ਚੁੱਕੋ, ਜੇ ਆਪ ਨਹੀਂ ਕਰ ਸਕਦੇ ਉਹਨੂੰ ਕਿਸੇ ਡਾਕਟਰ ਕੋਲ ਜਾ ਕੇ ਜਾਓ ਤੇ ਉਹਦਾ ਇਲਾਜ ਕਰਾਓ। ਹਾਂਜੀ, ਤਾਂ ਨੌਜਵਾਨ ਇਹ ਨਹੀਂ ਕਹਿੰਦੇ ਯਾਰ ਸਾਨੂੰ ਵੀ ਬੱਚਾ ਮੰਗਾ ਕੇ ਦੇ, ਅਸੀਂ ਵੀ ਰੱਖਣਾ ਵਾ, ਅਸੀਂ ਵੀ ਰੱਖਣਾ ਚਾਹੁੰਦੇ ਹਾਂ, ਕੀ ਕਹਿੰਦੇ ਆ ਫਿਰ ਯਾਰ ਦੋਸਤ, ਕੋਈ ਬਿਮਾਰ ਸ਼ਮਾਰ, ਕੋਈ ਜਾਨਵਰ ਪੰਛੀ ਤੇਰੇ ਵੱਲ ਵੇਖ ਕੇ ਉਹ ਵੀ ਇਲਾਜ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਨਹੀਂ?
ਕਈ ਹੈਗੇ ਜਿਹੜੇ ਕਰਦੇ ਆ, ਕਈ ਦੇ ਡਰਦੇ ਹੀ ਬੜਾ ਨੇ, ਕੋਈ ਕਿਸੇ ਨੂੰ ਹੱਥ ਹੀ ਨੀ ਲਾਉਂਦਾ। ਕੋਈ ਚੀਜ਼ ਅੱਗ ਮੰਨ ਲਓ ਮੈਨੂੰ ਫੋਨ ਆਉਂਦਾ ਆ ਵੀ ਆਇਆ ਯਾਰ ਕਬੂਤਰ ਦੇ ਨਾ ਸੱਟ ਲੱਗੀ, ਆਇਆ ਫੜਦਾ। ਉਹ ਕਬੂਤਰ ਚੁੱਕਦੇ ਨੀ, ਜਿੱਥੇ ਡਿੱਗਾ ਹੁੰਦਾ ਉੱਥੇ ਡਿੱਗਾ ਹੁੰਦਾ ਆ ਕੇ ਚੁੱਕਦਾ। ਉਹ ਚੀਜ਼ ਮੈਂ ਵੇਖ ਕੇ ਦੁੱਖ ਕਰਦਾ ਵੀ ਯਾਰ ਜੇ ਅਕਸਰ ਕੋਈ ਡਿੱਗਾ ਇਹਨੂੰ ਚੁੱਕ ਕੇ ਤੁਸੀਂ ਰੱਖੋ ਤੇ ਸਹੀ, ਕਿਤੇ ਆਪਣਾ ਡੱਬੇ ਵਗੈਰਾ ਚ ਪਾਓ, ਕੋਈ ਪਾਣੀ ਪੂਣੀ ਤੇ ਪਿਆਓ ਇਹਨੂੰ, ਉਹ ਜਿੱਥੇ ਡਿੱਗਾ ਉੱਥੇ ਡਿੱਗਾ ਰਹਿੰਦੇ ਆਉਂਦੇ ਆ ਕੇ ਚੁੱਕਦਾ। ਉਹ ਚੀਜ਼ ਵੀ ਗਲਤ ਲੱਗਦੀ, ਪਰ ਆਪਾਂ ਜਾ ਕੇ ਚਲੋ ਲੈ ਕੇ ਆਈਦਾ ਆ, ਸੇਵਾ ਵਗੈਰਾ ਕਰੀਦੀ, ਠੀਕ ਕਰੀਦਾ। ਅਸੀਂ ਅਕਸਰ ਹੀ ਵੇਹਨੇ ਆ ਕਿ ਜਦੋਂ ਗੁੱਡੀਆਂ ਦੀ ਬਹਾਰ ਆਉਂਦੀ ਆ ਤੇ ਚੈਨਾ ਡੋਰ ਦੇ ਨਾਲ ਜਾਨਵਰ ਬੜੇ ਹੁੰਦੇ ਆ, ਚੈਨਾ ਡੋਰ ਬਾਰੇ ਕੀ ਸੰਦੇਸ਼ ਸਰਕਾਰਾਂ ਨੂੰ ਵੀ ਤੇ ਨੌਜਵਾਨਾਂ ਨੂੰ ਰਹੂਗਾ ਕਿ ਸਰਕਾਰਾਂ ਬੰਦ ਕਰਾਉਣਗੀਆਂ ਤਾਂ ਨੌਜਵਾਨ ਵਰਤਣ ਹਟਣਗੇ ਤੇ ਤਾਂ ਹੀ ਉਹ ਬੰਦ ਹੋ ਸਕਦੀ ਹੈ? ਇਹ ਵੀ ਗਲਤ ਗੱਲ, ਚੈਨਾ ਡੋਰ ਬੈਨ ਹੋਣੀ ਚਾਹੀਦੀ ਆ। ਜਿਹੜੇ ਆਪਣੇ ਨੌਜਵਾਨ ਆ ਇਹਨਾਂ ਨੂੰ ਵੀ ਬਾਈਕਾਟ ਕਰਨਾ ਚਾਹੀਦਾ ਚੈਨਾ ਡੋਰ ਦਾ, ਜਿਹੜੀ ਸਰਕਾਰ ਆ ਉਹਨੂੰ ਵੀ ਚੈਨਾ ਡੋਰ ਬੰਦ ਕਰਨੀ ਚਾਹੀਦੀ ਆ। ਹਾਂਜੀ, ਤਾਂ ਉਹਨਾਂ ਨੌਜਵਾਨਾਂ ਨੂੰ ਵੀ ਕੀ ਸੰਦੇਸ਼ ਰਹੂਗਾ ਜਿਹੜੇ ਜਾਨਵਰਾਂ ਤੋਂ ਬਿਲਕੁਲ ਨਫ਼ਰਤ ਕਰਦੇ ਆ, ਜਾਨਵਰਾਂ ਨੂੰ ਪਾਲ ਕੇ ਖੁਸ਼ ਨਹੀਂ ਆ, ਜਾਨਵਰਾਂ ਤੋਂ ਡਰਦੇ ਆ, ਕਿਉਂਕਿ ਤੁਸੀਂ ਵੀ ਇੱਕ ਵੱਖਰਾ ਸ਼ੌਂਕ ਪਾਲਿਆ ਹੈ, ਤਾਂ ਕਿਵੇਂ ਦਾ ਉਹਨਾਂ ਨੂੰ ਜਿਹੜਾ ਸੰਦੇਸ਼ ਰਹੇਗਾ? ਉਹਨਾਂ ਨੂੰ ਹੈਗਾ ਵੀ ਵੱਧ ਤੋਂ ਵੱਧ ਜਾਨਵਰ ਘਰੇ ਰੱਖੋ। ਇਹਨਾਂ ਤੋਂ ਚਲੋ ਮੈਂ ਤਾਂ ਨਿੱਕੇ ਹੁੰਦਾ ਤੁਰਿਆ ਤਾਂ ਡਰ ਹੈਗਾ ਆ, ਨਹੀਂ ਹੈਗਾ ਡਰ ਆਪਾਂ ਨੂੰ। ਕਈਆਂ ਦੇ ਘਰ ਦੇ ਵੀ ਚਲੋ ਨਹੀਂ ਰੱਖਣ ਦਿੰਦੇ, ਉਹਨਾਂ ਨੂੰ ਵੀ ਹੈਗਾ ਆ ਵੀ ਜਿਹੜੇ ਬੱਚੇ ਨੂੰ ਸ਼ੌਂਕ ਆ ਜਾਨਵਰ ਰੱਖਣ ਦਾ ਉਹਨੂੰ ਘਰੇ ਰੱਖਣ ਦੋ। ਹਾਂਜੀ, ਘਰ ਵੱਲੋਂ ਕਿਹੋ ਜਿਹਾ ਸਹਿਯੋਗ ਮਿਲਦਾ? ਘਰ ਦੇ ਨਹੀਂ ਕਹਿੰਦੇ ਯਾਰ ਤੂੰ ਵਾਰਾ ਜਾਨਵਰ ਚੁੱਕ ਕੇ ਲਿਆ ਕੇ ਛੱਡਦਾ ਨਾ, ਫਰੀ ਦਾ ਤੂੰ ਖਰਚਾ ਵਧਾਇਆ ਹੈ? ਨਹੀਂ ਨਹੀਂ, ਇਹਦੇ ਬਾਰੇ ਘਰ ਦੇ ਨਹੀਂ ਕੁਛ ਕਹਿੰਦੇ। ਘਰਦਿਆਂ ਦੇ ਵੀ ਤੂੰ ਜਿਹੜਾ ਚੀਜ਼ ਵਿਆਹਣੀ ਘਰੇ ਵਿਆਹ, ਕੋਈ ਗੱਲ ਨਹੀਂ ਆਪਾਂ ਬੈਠੇ ਆਪਾਂ ਸਾਂਭਾਂਗੇ ਤੇਰੇ ਨਾਲ ਰਲ ਕੇ। ਤਾਂ ਇਸ ਨੌਜਵਾਨ ਨੇ ਦੱਸਿਆ ਕਿ ਵਾਕਈ ਇੱਕ ਵੱਖਰਾ ਜਜ਼ਬਾ ਹੈ ਜਾਨਵਰ ਪਾਲਣ ਦਾ। ਇੱਕ ਸਾਲ ਦਾ ਇਹ ਬਾਜ ਹੋ ਗਿਆ ਜਿਹਦਾ ਨਾਂ ਰੱਖਿਆ ਹੈ ਬਾਜ ਸਿੰਘ, ਤਾਂ ਹੋਰ ਵੀ ਜਾਨਵਰ ਵੀਰ ਨੇ ਆ ਵੇਖੋ, ਇੱਕ ਬਾਂਦਰ ਦਾ ਬੱਚਾ ਵੀ ਰੱਖਿਆ ਹੈ, ਖੁੱਲਾ ਰਹਿੰਦਾ, ਸਵੇਰੇ ਕੱਪੜੇ ਪਾਈਦੇ ਤੇ ਖੁੱਲਾ ਛੱਡ ਦੀਦਾ, ਕਦੀ ਇਹਨੇ ਕੋਠੇ ਭੱਜਣਾ, ਕਦੀ ਗਲੀ ਚ, ਕਦੀ ਗੁਆਂਢੀਆਂ ਦੇ ਕੋਠੇ ਤੇ, ਕਦੀ ਇਹਨੇ ਆਪੇ ਆ ਜਾਣਾ। ਹਾਂਜੀ, ਇਹਦਾ ਹੀ ਮੋਹ ਹੈਗਾ ਆ, ਇਹਨੇ ਆਪਣੇ ਕੋਲ ਰਹਿਣਾ, ਰਾਤ ਆਉਣਾ ਇਹਨੇ ਬਸ ਸੌਣ ਲੱਗਿਆ, ਬਾਕੀ ਇਹਨੇ ਸਾਰੀ ਦਿਹਾੜੀ ਘੁੰਮਦੇ ਰਹਿਣਾ ਆ। ਤਾਂ ਇਸ ਵੀਰ ਨੇ ਦੱਸਿਆ ਕਿ ਵੱਖਰਾ ਹੀ ਜਜ਼ਬਾ ਹੈ, ਵੱਖਰਾ ਹੀ, ਤਾਂ ਇਹੋ ਜਿਹਾ ਸ਼ੌਂਕ ਜਿਹੜਾ ਹਰ ਨੌਜਵਾਨ ਨੂੰ ਪਾਲਣਾ ਚਾਹੀਦਾ ਹੈ, ਕਿਉਂਕਿ ਬੱਚੇ ਪੰਛੀਆਂ ਦੇ ਨਾਲ ਜੀਵਨ ਬਿਤਾਉਣਾ ਵੀ ਬਹੁਤ ਵਧੀਆ ਹੈ। ਤਾਂ ਮੈਂ ਤੇ ਵੀਰਾਂ ਨੂੰ ਅਪੀਲ ਕਰੂੰਗਾ ਜਿਵੇਂ ਵੀਰ ਨੇ ਦੱਸਿਆ ਹੈ ਕਿ ਹੁੱਲੜਬਾਜੀ ਨੌਜਵਾਨ ਨਾ ਕਰਨ, ਜਿਹੜੇ ਨੌਜਵਾਨ ਜਾਨਵਰਾਂ ਨੂੰ ਜ਼ਖਮੀਆਂ ਦੀ ਹਾਲਤ ਛੱਡ ਦਿੰਦੇ ਨੇ ਮਰਨ ਵਾਸਤੇ, ਉਹਨਾਂ ਵਾਸਤੇ ਵੀ ਉਹਨਾਂ ਨੇ ਸੰਦੇਸ਼ ਦਿੱਤਾ ਹੈ। ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਦੇਖਦੇ ਰਹੋ ਪੰਜਾਬ ਨਿਊਜ਼। ਮੈਂ ਹਾਂ ਜਸਵੀਰ ਸਿੰਘ ਸੀਨਾ, ਤਰਨ ਤਾਰਨ।